ਹੈਗਾ। ਆ ਦੇਖੋ ਜੀ ਮੋਟਰ ਨਾਲ ਚੱਲਣ ਵਾਲਾ ਰਿਕਸ਼ਾ, ਤੁਸੀਂ ਆਟੋ ਦੇਖਿਆ ਹੋਊਗਾ, ਰੇੜੀ ਦੇਖੀ ਹੋਊਗੀ, ਪਹਿਲਾ ਰਿਕਸ਼ਾ ਦੇਖੋ ਜੀ ਜਿਹੜਾ ਮੋਟਰ ਨਾਲ ਚੱਲਦਾ ਹੈ। ਆ ਦੇਖੋ ਜੀ ਇਧਰ ਦੇਖੋ, ਇਹ ਬਾਬਾ ਜੀ ਤੁਸੀਂ ਬਣਵਾਇਆ ਜਾਂ ਬਣਾ ਬਣਾ ਲਿੱਤਾ ਹੈ? ਇਹ ਬਣਵਾਇਆ ਬਣਵਾਇਆ ਆ ਬਣਵਾਇਆ। ਕਿੰਨਾ ਖਰਚਾ ਆ ਗਿਆ? 26,000 ਰੁਪਈਆ ਜੀ। 26,000 ਵਿੱਚੇ ਰਿਕਸ਼ਾ ਵਿੱਚੇ ਮੋਟਰ? ਵਿੱਚੇ ਰਿਕਸ਼ਾ ਵਿੱਚੇ ਮੋਟਰ। ਹਾਂ 26,000। ਇਹ ਹੋਰ ਵੀ ਹੈ ਕਿ ਇੱਕੋ ਹੀ ਹੈ ਇਹ? ਨਹੀਂ ਨਹੀਂ ਦਸੂਏ 'ਚ ਚੱਲਦੇ ਇਹ। ਦਸੂਏ 'ਚ? ਹਾਂਜੀ ਰਿਕਸ਼ਾ ਜਿੰਨੇ ਵੀ ਦਸੂਏ 'ਚ ਇਹ ਚੱਲਦੇ ਆ। ਅਤੇ ਬ੍ਰੇਕ ਵਗੈਰਾ ਇਹਨਾਂ ਦੀ? ਇਹਨਾਂ ਦੀ ਬ੍ਰੇਕ ਆ ਜੀ, ਆ ਰੇਸ ਹੈ ਇੱਥੋਂ ਇਹਨੇ ਭੱਜਣਾ। ਅੱਛਾ। ਹਾਂ ਬੱਸ ਦੇ ਬਰਾਬਰ ਭੱਜ ਪੈਂਦਾ ਹੈ ਜੀ। ਬੱਸ ਦੇ ਬਰਾਬਰ? ਹਾਂ ਬੱਸ ਦੇ ਬਰਾਬਰ ਭੱਜ ਪੈਂਦਾ ਜੀ, ਜੇ ਭਜਾਉਣਾ ਹੋਵੇ ਤਾਂ। ਰੇਸ ਰੇਸ ਕਿਹੜੀ ਹੈ ਜੀ? ਰੇਸ ਇੱਥੋਂ ਦੌੜਨਾ, ਇੱਥੋਂ ਇਹਨੇ ਭੱਜਣਾ। ਆਹ ਆਪਣੇ ਸਾਈਕਲ ਵਾਲੀ ਬ੍ਰੇਕ ਹੈ ਜੀ, ਆਹ ਦੋਨੇ ਬ੍ਰੇਕਾਂ ਜੀ। ਅੱਛਾ। ਹਾਂ ਇਹਨੂੰ ਖਿੱਚਣਾ ਪੈਂਦਾ ਤਾਂ ਚੱਲਦਾ ਹੈ ਨਾ? ਹਾਂ ਇਹਨੂੰ ਖਿੱਚਣਾ ਪੈਂਦਾ। ਰੇਸ ਤੇ ਰੇਸ ਵਾਲੀ ਲੂਨਾ ਹੈ, ਇੰਜਣ ਹੈ ਰੇਸ ਵਾਲਾ ਲੂਨਾ। ਅੱਛਾ। ਆਹ ਪਿੱਛੇ ਲੱਗਾ ਬੋਰਡ ਆ ਦੇਖ। ਇਹ ਪੈਟਰੋਲ ਦੀ ਟੈਂਕੀ ਪਿੱਛੇ ਆ? ਹਾਂਜੀ। ਜੇ ਮੰਨ ਲਓ ਉੱਦਾਂ ਚਲਾਉਣਾ ਹੋਵੇ ਪੈਡਲ ਤੇ ਵੀ ਚੱਲ ਪੈਂਦਾ ਜੀ? ਪੈਡਲ ਤੇ ਵੀ ਚੱਲ ਪੈਂਦਾ? ਹਾਂਜੀ ਮੋਟਰ ਤੇ ਵੀ ਚੱਲ ਪੈਂਦਾ ਜੀ। ਸਟਾਰਟ ਕਰਕੇ ਦਿਖਾਇਓ। ਆਹ ਦੇਖੋ ਜੀ ਸਟਾਰਟ ਵੀ ਹੁੰਦਾ ਪਿਆ ਜੀ ਮੋਟਰਸਾਈਕਲ ਰਿਕਸ਼ਾ। ਆਹ ਦੇਖੋ ਜੀ ਸਟਾਰਟ ਹੋ ਗਿਆ, ਤੁਸੀਂ ਆਵਾਜ਼ ਸੁਣ ਪਾ ਰਹੇ ਹੋ। ਇਸ ਸਮੇਂ ਜਲੰਧਰ ਰਾਮਾ ਮੰਡੀ ਚੌਂਕ ਦੇ ਵਿੱਚ ਰਿਕਸ਼ਾ ਖੜ੍ਹਾ ਹੋਇਆ, ਜਲੰਧਰ ਰਾਮਾ ਮੰਡੀ ਚੌਂਕ ਜਿੱਥੇ ਬੱਸਾਂ ਜਾਂਦੀਆਂ। ਸੋ ਬਹੁਤ ਵਧੀਆ ਤੁਸੀਂ ਦੇਖ ਪਾ ਰਹੇ ਹੋ, ਇਹ ਜਿਹੇ ਵਿਚਕਾਰ ਤੁਹਾਨੂੰ ਭਾਰਤ ਵਿੱਚ ਹੀ ਦੇਖਣ ਨੂੰ ਮਿਲ ਸਕਦੇ ਆ, ਵੱਖਰੇ ਪੰਜਾਬੀ ਅਤੇ ਵੱਖਰੇ ਪੰਜਾਬੀਆਂ ਦਾ ਸ਼ੌਂਕ ਅਤੇ ਵੱਖਰੇ ਪੰਜਾਬੀਆਂ ਦੇ ਜੁਗਾੜ।